ਪ੍ਰਧਾਨ ਜੀ ਦੀ ਨੀਅਤ ਠੀਕ ਨਹੀਂ ਚੱਲ ਰਹੀ। ਮੈਨੂੰ ਇਹ ਅੰਦਰੋਂ ਅੰਦਰ ਚੀਜ਼ ਖਲਣ ਲੱਗ ਪਈ ਸੀ ਕਿ ਮੇਰੇ ਨਾਲ ਕੋਈ ਨਾ ਕੋਈ ਧੋਖਾ ਆਊਗਾ। ਕਿਸ ਤਰ੍ਹਾਂ ਦਾ ਧੋਖਾ? ਉਹ ਤਾਂ ਆਖ ਰਿਹਾ ਵੀ ਮੇਰੀ ਤਾਂ ਅਕਾਲੀ ਦਲ ਤੇ ਇੱਕ ਗੱਲ ਆ, ਸੁਖਬੀਰ ਬਾਦਲ ਤੇ ਮੈਂ ਤਾਂ ਘਿਓ ਜਿਹੜੀ ਆ, ਮੇਰੇ ਭਰਾ ਅਸੀਂ ਤਾਂ ਦੋਨੇ। ਕੀ ਲੱਗਦਾ ਫਿਰ ਪਾਰਟੀ ਤੋਂ ਜ਼ਿਆਦਾ ਪਰਿਵਾਰਵਾਦ ਨੂੰ ਅੱਗੇ ਰੱਖ? ਬਿਲਕੁਲ ਸੁਖਬੀਰ ਸਿੰਘ ਬਾਦਲ ਕੋਈ ਦੋਰਾ ਨਹੀਂ ਇਹਦੇ ਚ, ਭਰਾ ਹੀ ਵਿੱਚ ਭਰਾਵਾਂ ਦੇ ਰੋੜਾ ਬਣ ਗਏ ਜੀ, ਅਤੇ ਅਕਾਲੀ ਦਲ ਦਾ ਦੁਸ਼ਮਣ ਹੋ ਗਿਆ ਜੀ। ਹੁਣ ਫਿਰ ਆ ਕੇ ਵਿੱਚ ਟੇਢਾ ਡੱਕਾੜਾ ਤਾਂ ਜੇ ਸਾਡੀ ਮਾੜਾ ਜਿਹਾ ਗ੍ਰਾਫ ਉੱਪਰ ਉੱਠਿਆ, ਐਂ ਜਿੱਤਾਂਗੇ ਕਿਵੇਂ? ਇੱਥੇ ਅਸੀਂ ਖੜਦੇ ਹਾਂ ਫਿਰ ਮੈਂ ਖੜਾ ਹੂੰਗਾ, ਜੇ ਸੁਖਬੀਰ ਜੀ ਖੜਦੇ ਆ ਫਿਰ ਮੈਂ ਖੜਾ ਨਹੀਂ ਹੁੰਦਾ। ਨਾ ਮੇਰੀ ਟਿਕਟ ਕਲੀਅਰ ਕਰਦੇ ਸੀ ਨਾ ਆਪਦੀ ਕਰਦੇ। 33 ਸਾਲਾਂ ਦੇ ਵਿੱਚ ਵੀ ਇੰਨਾ ਸਮਝ ਨਹੀਂ ਪਾਏ ਕਿ ਦਿਲ ਦੇ ਵਿੱਚ ਕੁਛ ਹੋਰ ਆ, ਜ਼ੁਬਾਨ 'ਤੇ ਕੁਛ ਹੋਰ? ਅੱਗੇ ਨਹੀਂ ਕਦੇ ਹੋਇਆ ਸੀ, ਉਹਨਾਂ ਨੇ ਮਜਬੂਰ ਕਰ ਲਿਆ, ਕਹਿੰਦੇ ਆਮ ਆਦਮੀ ਚੱਲੋ। ਇਸ ਚੀਜ਼ ਦੀ ਫਿਰ ਸਹਿਮਤੀ ਦੇ ਨਾਲ ਜਾ ਰਹੇ ਹੋ ਕਿ ਟਿਕਟ ਡਿੰਪੀ ਢਿੱਲੋਂ? ਪਤਾ ਨਹੀਂ ਜੀ, ਹਜੇ ਦੇਣਗੇ ਕਿ ਨਾ ਦੇਣਗੇ, ਮੇਰੀ ਕੋਈ ਗੱਲ ਹੀ ਨਹੀਂ ਹੋਈ ਭਾਈ ਸਾਹਿਬ ਕਿਸੇ ਨਾਲ। ਤੁਹਾਡੀ ਹਾਲੇ ਤਾਂ ਗੱਲ ਨਹੀਂ ਹੋਈ? ਹੁਣ ਤਾਂ ਹੋਊਗੀ ਗੱਲ, ਆ ਹੁਣੇ ਤੁਹਾਡੇ ਖੜਿਆਂ ਤੋਂ ਹੋਈ ਹੈ ਇੱਥੇ, ਪਹਿਲੀ ਵਾਰੀ ਮੇਰੀ ਅੱਜ ਸੀਐਮ ਸਾਹਿਬ ਨਾਲ ਗੱਲ ਹੋਈ ਹੈ। ਮੈਂ ਟਿਕਟ ਵਿੱਚ ਇਹ ਨਹੀਂ ਗੱਲ ਛੱਡਿਆ, ਹਰ ਗੱਲ ਨੂੰ ਪ੍ਰਧਾਨ ਜੀ ਮਜ਼ਾਕ 'ਚ ਲੈਂਦੇ ਆ। ਅੱਜ ਜੋ ਸਭ ਕੁਝ ਵੇਖ ਰਿਹਾ ਤੇ ਇਹਨਾਂ ਨੂੰ ਅੱਜ ਕਹਿ ਰਹੇ ਮੈਂ ਟਿਕਟ ਅਨਾਊਂਸ ਹੁਣੇ ਕਰ ਦੇਣਾ, ਘੰਟੇ 'ਚ ਕਰ ਦੇਣਾ, ਅੱਜ ਫਿਰ ਪਲੈਨਿੰਗਾਂ ਕਿੱਥੇ ਗਈਆਂ ਇਹਨਾਂ ਦੀਆਂ, ਅੱਜ ਜਿਹੜਾ ਪਲੈਨਿੰਗ ਬੋਰਡ ਬਣਾਇਆ ਸੀ ਉਹ ਕਿੱਥੇ ਗਿਆ, ਅੱਜ ਕਿਉਂ ਕਰਦੇ ਅਨਾਊਂਸ? ਹੁਣ ਵਾਪਸੀ ਦਾ ਕੋਈ ਰਾਹ ਹੈ? ਇੰਨੇ ਲੰਬੇ ਸਮੇਂ ਦਾ ਰਿਸ਼ਤਾ ਦਿਲ 'ਤੇ ਕਿੱਡਾ ਕੁ ਪੱਥਰ ਧਰ ਕੇ ਤੋੜਿਆ ਸੀ? ਬਹੁਤ ਔਖਾ, ਮਨਪ੍ਰੀਤ ਕਰਕੇ ਟੁੱਟਿਆ ਜੀ, ਮੈਂ ਤੁਹਾਨੂੰ ਸਪਸ਼ਟ ਤੌਰ 'ਤੇ ਕਹਿ ਦਿੰਦਾ। ਛੱਡਣ ਤੋਂ ਪਹਿਲਾਂ ਗੱਲਬਾਤ ਪ੍ਰਧਾਨ ਸਾਹਿਬ ਨੂੰ ਕਲੀਅਰ ਕਰਤਾ ਸੀ ਅੰਦਰ ਖਾਤੇ ਕਿ ਮੈਂ ਜਾ ਰਿਹਾ ਜੀ? ਕਿਉਂਕਿ ਚਲੋ, ਬਿਲਕੁਲ ਵੀ ਨਹੀਂ। ਕਿਉਂ? ਇੱਕ ਪਾਸੇ ਡਿੰਪੀ ਢਿੱਲੋਂ, ਫਿਰ ਸਾਹਮਣੇ ਮਨਪ੍ਰੀਤ ਸਿੰਘ ਬਾਦਲ ਹੋਣਗੇ, ਆ ਜਾਣ, ਤਿਆਰ ਹੋ? 100% ਤਿਆਰੀ ਕਰਕੇ ਜਾਵਾਂਗੇ ਜੀ, ਫਿਰ ਹੁਣ ਐਂ ਥੋੜ੍ਹੀ ਜਾਵਾਂ। ਤੁਸੀਂ ਮੜਦੇ ਹੋ ਕਿ ਗਵਾਇਆ ਵੀ ਬੜਾ ਕੁਛ, ਇਹਨਾਂ ਦੇ ਸਾਥ ਕਰਕੇ ਬੜਾ ਕੁਛ ਗਵਾ ਲਿਆ। ਗਵਾਇਆ ਬਹੁਤ ਗਵਾਇਆ ਜੀ, ਇੰਨਾ ਕਮਾਇਆ ਨਹੀਂ ਜਿੰਨਾ ਗਵਾਇਆ, ਗਵਾਇਆ ਜ਼ਿਆਦੇ ਆ, ਕਮਾਇਆ ਘੱਟ ਆ। ਅਭੈ ਢਿੱਲੋਂ ਹੋਰਾਂ ਦੀ ਗੱਲ ਕਰੀਏ, ਉਹ ਵੀ ਸਵਾਲ ਬੜੇ ਖੜੇ ਕਰਦੇ ਰਹੇ ਆ, ਹੁਣ ਉਹਨਾਂ ਦੇ ਨਾਲ ਚੱਲਣਾ ਕਿੰਨਾ ਸੌਖਾ ਰਹੂ? ਸਾਰੇ ਹਾਂ ਕਰਾ ਕੇ ਫਿਰ ਚੱਲੂ, ਵੀ ਆਹ ਕੰਮ ਜਿਹੜੇ ਮੈਂ ਸਵਾਲ ਕਰਦਾ ਰਿਹਾ ਉਹੀ ਟਾਉਣੇ ਕੱਲ੍ਹ ਪਰਸੋਂ ਜਦੋਂ ਸੀਐਮ ਸਾਹਿਬ ਆਏ, ਜਾਂ ਮੈਂ ਪ੍ਰੋਮਿਸ ਕਰੂੰਗਾ ਜੀ, ਹਾਂ ਕਰਦੇ ਹੋ ਤਾਂ ਮੈਂ ਰੜੂੰਗਾ ਨਹੀਂ ਆਪਣੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਸਿਆਸੀ ਹਲਚਲ ਗਿੱਦੜਬਾਹਾ ਹਲਕੇ ਦੇ ਵਿੱਚ ਬੀਤੇ ਕੱਲ੍ਹ ਤੋਂ ਤੇਜ਼ ਆ, ਕਿਉਂਕਿ ਡਿੰਪੀ ਢਿੱਲੋਂ ਹੋਰਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਗਿਆ। ਅੱਜ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਹਾਲਾਂਕਿ ਕਿਸ ਰਾਹ ਵੱਲ ਤੁਰਨਾ ਆ ਉਹ ਰਾਹ ਉਹਨਾਂ ਨੇ ਪੱਧਰਾ ਜ਼ਰੂਰ ਕਰ ਦਿੱਤਾ ਆ, ਪਰ ਕਾਰਨ ਕੀ ਰਿਹਾ ਕਿ ਇੰਨਾ ਲੰਬਾ ਸਮਾਂ ਭਾਈਚਾਰਕ ਸਾਂਝ ਰਹੀ ਹੋਵੇ, ਪਾਰਟੀ ਦੇ ਵਿੱਚ ਰਹੇ ਹੋਣ, ਲੰਬਾ ਸਮਾਂ ਜਿਹੜਾ ਕੰਮ ਕੀਤਾ ਹੋਵੇ ਅਤੇ ਆਖਿਰ ਪੱਲਾ ਛੱਡ ਦਿੱਤਾ ਗਿਆ। ਡਿੰਪੀ ਢਿੱਲੋਂ ਹੋਰੀ ਸਾਡੇ ਨਾਲ ਨੇ, ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰਾਂਗੇ, ਫਿਰ ਅਗਲੀ ਗੱਲਬਾਤ ਵਧਾਂਗੇ। ਢਿੱਲੋਂ ਸਾਹਿਬ ਸਵਾਗਤ ਆ RMB ਟੈਲੀਵਿਜ਼ਨ 'ਤੇ। ਸਤਿ ਸ਼੍ਰੀ ਅਕਾਲ ਸਰ। ਢਿੱਲੋਂ ਸਾਹਿਬ, ਜੇ ਮੈਂ ਗੱਲ ਕਰੀਆ ਕਿ ਆਖਿਰ ਕਿਹੜੀ ਚੀਜ਼ ਭਾਰੀ ਪੈ ਗਈ ਕਿ ਇੰਨਾ ਲੰਬਾ ਸਮਾਂ ਭਰਾ ਰਹੇ, ਪ੍ਰੱਪੇ ਤੌਰ 'ਤੇ ਬੜਾ ਲੰਬਾ ਸਮਾਂ ਚੱਲੇ, ਆਖਿਰ ਨੂੰ ਪੱਲਾ ਛੱਡਣਾ ਪੈ ਗਿਆ? ਭਰਾ ਹੀ ਵਿੱਚ ਭਰਾਵਾਂ ਦੇ ਰੋੜਾ ਬਣ ਗਏ ਜੀ। ਉਹਨਾਂ ਦਾ ਦੇਖੋ ਜੀ, ਰਾਜੇ ਅਤੇ ਰੰਕ ਦੇ ਵਿਚਾਲੇ ਨਾ ਜੀ ਜਿਹੜੀ ਦੋਸਤੀ ਹੁੰਦੀ ਆ ਜੀ, ਉਹ ਰਾਜਾ ਤੈਅ ਕਰਦਾ ਵੀ ਮੈਂ ਕਿੰਨਾ ਚਿਰ ਰੱਖਣੀ ਆ ਜੀ, ਰੰਕ ਨਹੀਂ ਤੈਅ ਕਰ ਸਕਦਾ ਜੀ। ਉਹ ਰਾਜੇ ਦਾ ਜਦੋਂ ਜੀ ਕੀਤਾ ਤੋੜਤੀ, ਅਸੀਂ ਤਾਂ ਨਾਲ ਹੀ ਸੀ। ਪੈਰ ਉਹਨਾਂ ਦੇ ਵੱਲੋਂ ਪਿੱਛੇ ਪੱਟੇ ਗਏ ਕਿ ਤੁਸੀਂ ਪੱਟੇ ਆ? ਨਾ ਤਾਂ ਉਹਨਾਂ ਵੱਲੋਂ ਪੱਟੇ ਗਏ ਆ ਜੀ, ਨਾ ਹੀ ਮੈਂ ਕਦੇ ਪਿੱਛੇ ਹਟਿਆ ਸੀ। ਅਸਲ ਪ੍ਰੋਬਲਮ ਕੀ ਸੀ ਜੀ, ਕਨਫਿਊਜ਼ਡ ਰਹੇ ਹੋ ਖੁਦ ਜੀ, ਦੱਸਦੇ ਮੈਨੂੰ ਸੀ ਕਨਫਿਊਜ਼ਡ ਜੀ। ਮਨਪ੍ਰੀਤ ਸਿੰਘ ਬਾਦਲ ਸਾਡਾ ਮੇਨ ਕਾਰਨ ਬਣਿਆ ਜੀ, ਜਿੱਥੋਂ ਸਾਡੇ ਡਿਫਰੈਂਸਿਸ ਕ੍ਰੀਏਟ ਹੋਏ ਜੀ। ਉਹ ਗੱਲ ਨੂੰ ਕਲੀਅਰ ਨਹੀਂ ਕਰ ਸਕੇ, ਉਹਨਾਂ ਦੀ ਝੇਪ ਨਹੀਂ ਚੱਕ ਸਕੇ ਜੀ, ਇਸ ਕਰਕੇ ਅਸੀਂ ਮੈਨੂੰ ਬੈਕਆਊਟ ਹੋਣਾ ਪਿਆ। ਮੈਨੂੰ ਇਹ ਅੰਦਰੋਂ ਅੰਦਰ ਚੀਜ਼ ਖਲਣ ਲੱਗ ਪਈ ਸੀ ਜੀ ਕਿ ਮੇਰੇ ਨਾਲ ਕੋਈ ਨਾ ਕੋਈ ਧੋਖਾ ਆਊਗਾ। ਧੋਖਾ ਇਨ ਦੀ ਸੈਂਸ, ਕਿਸ ਤਰ੍ਹਾਂ ਦਾ ਧੋਖਾ?
ਦੇਖੋ ਦੋ ਗੱਲਾਂ ਸੀ ਜੀ। ਪਹਿਲੀ ਗੱਲ ਸੀ ਕਿ ਇੱਥੋਂ ਕੋਈ ਟਿਕਟ ਅਨਾਊਂਸ ਨਹੀਂ ਕਰ ਰਹੇ ਸੀ ਜੀ। ਮੈਂ ਬੇਨਤੀ ਕੀਤੀ ਸੀ ਵੀ ਮੈਂ ਕਿਹਾ ਜੀ ਜਾਂ ਤਾਂ ਮੇਰੀ ਟਿਕਟ ਅਨਾਊਂਸ ਕਰ ਦਿਓ ਜੀ ਜਾਂ ਤੁਸੀਂ ਆਪਦੀ ਕਰ ਲਓ ਜੀ, ਤਾਂ ਵੀ ਕੋਈ ਪ੍ਰੋਬਲਮ ਨਹੀਂ, ਤੁਸੀਂ ਲੜ ਲਓ ਇਲੈਕਸ਼ਨ ਜੀ। ਜੇ ਤੁਸੀਂ ਨਹੀਂ ਅਨਾਊਂਸ ਕਰਨੀ ਹਜੇ ਕੋਈ ਤੁਸੀਂ ਤੁਹਾਡੀ ਕੋਈ ਸਟ੍ਰੈਟਜੀ ਆ ਜੀ, ਅਤੇ ਫਿਰ ਮਨਪ੍ਰੀਤ ਸਿੰਘ ਬਾਦਲ ਬਾਰੇ ਤਾਂ ਬੋਲੋ ਜੀ, ਉਹ ਹਰੇਕ ਪਿੰਡ ਪਿੰਡ ਜਾ ਰਿਹਾ, ਉਹਦੇ ਅਗੇਂਸਟ ਤਾਂ ਕੁਛ ਬੋਲੋ, ਉਹ ਤਾਂ ਆਖ ਰਿਹਾ ਵੀ ਮੇਰੀ ਤਾਂ ਅਕਾਲੀ ਦਲ 'ਤੇ ਇੱਕ ਗੱਲ ਆ ਜੀ, ਸੁਖਬੀਰ ਬਾਦਲ ਅਤੇ ਮੈਂ ਤਾਂ ਘਿਓ ਜਿਹੜੀ ਹਾਂ ਜੀ, ਮੈਂ ਤਾਂ ਭਰਾ ਅਸੀਂ ਤਾਂ ਦੋਨੇ ਜੀ। ਇਹ ਮੈਂ ਦੋ ਤਿੰਨ ਵਾਰੀ ਉਹਨਾਂ ਨੂੰ ਕਿਹਾ ਸੀ ਸੁਖਬੀਰ ਜੀ ਨੂੰ, ਮੈਂ ਕਿਹਾ ਜੀ ਇਹਨਾਂ ਦੇ ਅਗੇਂਸਟ ਆਪਾਂ ਨੂੰ ਕੁਛ ਨਾ ਕੁਛ ਬੋਲਣਾ ਪੈਣਾ ਜੀ, ਲੋਕ ਬੜੇ ਭੰਬਲ ਭੂਸੇ 'ਚ ਪੈ ਰਹੇ ਜੀ, ਕੋਈ ਨਹੀਂ ਕਹਿੰਦੇ ਬੋਲਾਂਗੇ ਜੀ, ਬੋਲਦੇ ਹੈ ਨਹੀਂ ਸੀ ਜੀ। ਫਿਰ ਮੈਂ ਕਿਹਾ ਸੀ ਜੇ ਤੁਸੀਂ ਨਹੀਂ ਬੋਲਣਾ ਤੁਸੀਂ ਆਪਦੀ ਟਿਕਟ ਅਨਾਊਂਸ ਕਰ ਦਿਓ ਜੀ ਜੀ, ਕਿਉਂਕਿ ਵੋਟ ਤਾਂ ਅਕਾਲੀ ਦਲ ਦੀ ਉਹੀ ਆ ਨਾ, ਬਿਲਕੁਲ ਉਹੀ ਮਨਪ੍ਰੀਤ ਕੋਲ ਆ, ਹੋਰ ਕੋਈ ਕਾਂਗਰਸੀ ਤਾਂ ਆਉਂਦੇ ਨਹੀਂ ਆ, ਕੋਈ ਨਵੇਂ ਵੋਟਰ ਤਾਂ ਪੈਦਾ ਨਹੀਂ ਹੁੰਦੇ, ਬਿਲਕੁਲ ਨਾ ਉਹਦੀ ਕਲੀਅਰ ਕਰਦੇ ਸੀ ਨਾ ਮੇਰੀ ਆਪਣਾ ਉਹਦੀ ਗੱਲ ਕਲੀਅਰ ਕਰਦੇ ਸੀ, ਨਾ ਮੇਰੀ ਟਿਕਟ ਕਲੀਅਰ ਕਰਦੇ ਸੀ ਨਾ ਆਪਦੀ ਕਰਦੇ ਸੀ। ਇਹ ਮਤਲਬ ਕਿ ਮੁੱਖ ਕਾਰਨ ਇਹ ਬਣਿਆ, ਮੈਨੂੰ ਇਹ ਫੀਲ ਹੋਇਆ, ਲੋਕ ਵੀ ਕਹਿਣ ਲੱਗ ਪਏ ਕਹਿੰਦੇ ਵੀ ਪ੍ਰਧਾਨ ਸਾਹਿਬ ਦੇ ਮਨ 'ਚ ਕੋਈ ਗੱਲ ਚੱਲ ਰਹੀ ਹੈ ਵੀ ਤੁਹਾਡੇ ਨਾਲ ਕਾਕਾ ਧੋਖਾ ਹੋਊਗਾ ਜੀ, ਸਾਰਾ ਹਲਕਾ ਹੀ ਕਹਿਣ ਲੱਗ ਪਿਆ ਇਹ ਗੱਲ ਵੀ ਤੁਹਾਡੇ ਨਾਲ ਧੋਖਾ ਹੋਊਗਾ, ਵੀ ਪ੍ਰਧਾਨ ਜੀ ਦੀ ਨੀਅਤ ਠੀਕ ਨਹੀਂ ਚੱਲ ਰਹੀ, ਸਾਰੇ ਇਹ ਕਹਿਣ ਲੱਗ ਪਏ। ਜਿਵੇਂ ਤੁਸੀਂ ਅਸੀਂ ਲੋਕ ਇਹ ਕਹਿਣ ਲੱਗ ਪਏ, ਲੰਬਾ ਕਿੰਨਾ ਮਤਲਬ 37-38 ਸਾਲ ਨਾਲ ਰਹੇ ਤੁਸੀਂ, 38 ਸਾਲ ਨਾਲ ਰਹੇ, ਕਿ 38 ਸਾਲਾਂ ਦੇ ਵਿੱਚ ਵੀ ਇੰਨਾ ਸਮਝ ਨਹੀਂ ਪਾਏ ਕਿ ਦਿਲ ਦੇ ਵਿੱਚ ਕੁਛ ਹੋਰ ਆ, ਜ਼ੁਬਾਨ 'ਤੇ ਕੁਛ ਹੋਰ? ਅੱਗੇ ਨਹੀਂ ਕਦੇ ਹੋਇਆ ਸੀ, ਅੱਗੇ ਕਦੇ ਨਹੀਂ ਹੋਇਆ ਸੀ, ਅੱਗੇ ਜੋ ਅੰਦਰ ਸੀ ਹੁੰਦਾ ਸੀ ਉਹਨਾਂ ਦੇ ਉਹੀ ਬਾਹਰ ਹੁੰਦਾ ਸੀ, ਇਸੇ ਕਰਕੇ ਇੰਨੀ ਨਿਭੀ ਹੈ ਅੱਜ। ਅਸੀਂ ਤਾਂ ਦੇਖੋ ਜਦੋਂ ਬੰਦਾ ਕੋਈ ਵੀ ਰਿਸ਼ਤਾ ਕਿਸੇ ਨਾਲ ਜੋੜਦਾ ਨਾ ਜੀ ਜੀ, ਉਦੋਂ ਆਪਾਂ ਸਾਰੇ ਜੱਗ ਤੋਂ ਚੰਗਾ ਕਰਕੇ ਜੋੜਦੇ, ਬਿਲਕੁਲ ਇੱਦੂ ਵਧੀਆ ਬੰਦਾ ਕੋਈ ਨਹੀਂ, ਇਹਦੇ ਨਾਲ ਜੁੜੋ, ਬਿਲਕੁਲ ਅਤੇ ਸਾਰੇ ਜੱਗ ਤੋਂ ਚੰਗਾ ਕਰਕੇ ਜੋੜਿਆ ਤਾਂ ਹੀ 38 ਸਾਲ ਨਿਭੇ ਜੀ, ਠੀਕ ਆ ਨਾ ਜੀ, ਇਸੇ ਕਰਕੇ 38 ਸਾਲ ਨਿਭੇ। ਅਸੀਂ ਤਾਂ ਜੇ ਕੋਈ ਇਹਨਾਂ ਬਾਰੇ ਕੋਈ 19-21 ਕਹਿ ਦਿੰਦਾ ਸੀ ਅਸੀਂ ਤਾਂ ਲੜ ਪੈਂਦੇ ਸੀ, ਇੰਨੀ ਜ਼ਿਆਦਾ ਨੇੜਤਾ ਸੀ, ਅਸੀਂ ਤਾਂ ਉਸ ਹੱਦ ਤੱਕ ਜਾਂਦੇ ਸੀ ਵੀ ਸਾਡੇ ਪ੍ਰਧਾਨ ਬਾਰੇ ਕੋਈ ਕਿਵੇਂ ਐਂ ਕਹਿ ਦੂ। ਛੱਡਣ ਤੋਂ ਪਹਿਲਾਂ ਗੱਲਬਾਤ ਪ੍ਰਧਾਨ ਸਾਹਿਬ ਨੂੰ ਕਲੀਅਰ ਕਰਤਾ ਸੀ ਅੰਦਰ ਖਾਤੇ ਕਿ ਮੈਂ ਜਾ ਰਿਹਾ ਜੀ, ਕਿਉਂਕਿ ਚਲੋ ਬਿਲਕੁਲ ਵੀ ਨਹੀਂ, ਕਿਉਂ ਕੋਈ ਗੱਲ ਹੀ ਨਹੀਂ ਸੀ ਇਹੋ ਜਿਹੀ, ਆਹ ਲਾਸਟ ਜਦੋਂ ਪ੍ਰੋਗਰਾਮ ਸੀ ਮੈਂ ਉਦੋਂ ਕਿਹਾ ਸੀ ਇਹਨਾਂ ਨੂੰ, ਕਿਹੜੀ ਤਰੀਕ ਦੀ ਗੱਲ ਆਈ ਸੀ ਮੇਰੇ ਹੁਣ ਐਗਜ਼ੈਕਟ ਪਿੱਛੇ ਜੀ ਕੁਛ ਦਿਨਾਂ ਦੀ ਗੱਲ ਹੀ ਆ, ਸ਼ਾਇਦ ਟਿਊਜ਼ਡੇ ਦੀ ਗੱਲ ਆ ਜੀ, ਉਹਦੇ ਮੈਂ ਕਿਹਾ ਸੀ ਪ੍ਰਧਾਨ ਜੀ ਨੂੰ, ਮੈਂ ਕਿਹਾ ਜੀ ਤੁਸੀਂ ਗੱਲ ਗੋਲ ਕਰ ਰਹੇ ਹੋ, ਨੁਕਸਾਨ ਹੋ ਰਿਹਾ ਆਪਣਾ ਪਾਰਟੀ ਦਾ, ਮਨਪ੍ਰੀਤ ਤਾਂ ਆਪਣੀ ਵੋਟ ਤੋੜ ਰਿਹਾ ਜੀ, 5-4 ਹਜ਼ਾਰ ਦਾ ਸਾਰਾ ਉਹਲਾ ਜੀ, ਜੇ ਆਪਾਂ ਗੱਲ ਕਲੀਅਰ ਨਾ ਕੀਤੀ ਉਹਨੇ 5-4 ਹਜ਼ਾਰ ਵੋਟ ਤੋੜ ਲੈਣੀ, ਆਪਾਂ ਨੂੰ ਹਰਾ ਦੂਗਾ ਜੀ। ਦੇਖੋ ਪਹਿਲਾਂ ਵੀ ਮਨਪ੍ਰੀਤ ਨੇ ਹੀ ਪਾਰਟੀ ਦਾ ਇੱਥੇ ਨੁਕਸਾਨ ਕੀਤਾ ਜੀ, ਦੋ ਹਿੱਸਿਆਂ 'ਚ ਵੰਡਤੀ ਜੀ, ਤਾਂ ਹੀ ਕਾਂਗਰਸ ਦੇ ਪੈਰ ਲੱਗੇ ਜੀ, ਦੂਜੀ ਵਾਰੀ ਇਹਨੇ ਫਿਰ ਕਾਂਗਰਸ ਦੀ ਮਦਦ ਕੀਤੀ ਜੀ, ਤੀਜੀ ਵਾਰੀ ਫਿਰ ਇਹਨੇ ਕੁਛ ਕੋਈ ਮਦਦ ਨਹੀਂ ਕੀਤੀ ਜੀ, ਅਤੇ ਉਹ ਲੋਕ ਕਾਂਗਰਸ ਨਾਲ ਜਿਹੜੇ ਇਹਨੇ ਭੇਜਤੇ ਉਹ ਖੜ੍ਹੇ ਰਹਿ ਗਏ ਜੀ, ਹੁਣ ਫਿਰ ਆ ਕੇ ਵਿੱਚ ਟੇਢਾ ਡੱਕਾ ਉਡਾਤਾ ਜੀ, ਸਾਡੀ ਮਾੜਾ ਜਿਹਾ ਗ੍ਰਾਫ ਉੱਪਰ ਉੱਠਿਆ, ਫਿਰ ਆ ਕੇ ਵਿੱਚ ਟੇਢਾ ਡੱਕਾ ਵਸਾਤਾ, ਐਂ ਜਿੱਤਾਂਗੇ ਕਿਵੇਂ? ਜੇ ਸੁਖਬੀਰ ਜੀ ਖੁਦ ਲੜਦੇ ਜਿਵੇਂ ਤੁਸੀਂ ਗੱਲ ਕੀਤੀ ਆ ਸਪੀਡ ਦੇ ਵਿੱਚ, ਮੈਂ ਬੈਕਆਊਟ ਕਰੂੰਗਾ, ਮਨਪ੍ਰੀਤ ਕਹਿੰਦਾ ਸੀ, ਕਹਿੰਦਾ ਫਿਰ ਨਹੀਂ ਮੈਂ ਲੜਦਾ, ਤੁਸੀਂ ਇਸ ਗੱਲ ਨੂੰ ਕੀ ਲਾਉਂਗੇ? ਪਰ ਤੁਹਾਡੇ ਨਾਲ ਕੀ ਅਣਬਣਾ? ਮੇਰੇ ਨਾਲ ਤਾਂ ਕੋਈ ਰੌਲਾ ਨਹੀਂ, ਰੋਜ਼ ਮਿਲਦੇ ਆ ਜੀ। ਜਾਂ ਤੁਹਾਡੇ ਪਰਿਵਾਰ ਨਾਲ? ਕੋਈ ਰੌਲਾ ਨਹੀਂ, ਉਹ ਕੋਈ ਵੀ ਜੇ ਸੁਖਬੀਰ ਲੜਦਾ ਤਾਂ ਸਾਡੀ ਫੈਮਿਲੀ ਆ, ਜੇ ਕੋਈ ਹੋਰ ਲੜਦਾ ਤਾਂ ਮੈਂ ਲੜ ਨਾਲ ਲੜੂੰਗਾ, ਇਹ ਅਕਾਲੀ ਦਲ ਦਾ ਦੁਸ਼ਮਣ ਹੋ ਗਿਆ ਜੀ, ਇਹ ਪ੍ਰਧਾਨ ਜੀ ਸਾਡੇ ਇਸ ਗੱਲ ਨੂੰ ਸਮਝ ਨਹੀਂ ਰਹੇ। ਕੀ ਲੱਗਦਾ ਫਿਰ ਪਾਰਟੀ ਤੋਂ ਜ਼ਿਆਦਾ ਪਰਿਵਾਰਵਾਦ ਨੂੰ ਅੱਗੇ ਰੱਖਿਆ? ਬਿਲਕੁਲ, ਸੁਖਬੀਰ ਸਿੰਘ ਬਾਦਲ ਕੋਈ ਦੋ ਰਹਿ ਨਹੀਂ ਇਹਦੇ 'ਚ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਦੋ ਤਿੰਨ ਮਹੀਨੇ ਪਹਿਲਾਂ
ਬੀਬਾ ਜੀ ਆਪਣਾ ਹਰਸਿਮਰਤ ਨੇ ਇਲੈਕਸ਼ਨ ਲੜਿਆ ਬਠਿੰਡੇ ਜੀ, ਤੁਸੀਂ ਕਿਤੇ ਸਟੇਜ 'ਤੇ ਮਨਪ੍ਰੀਤ ਬਾਦਲ ਬੋਲਦੇ ਸੁਣਿਆ ਬੀਜੇਪੀ ਦੀ ਸਟੇਜ 'ਤੇ? ਨਹੀਂ। ਬੀਬਾ ਜੀ ਦੇ ਅਗੇਂਸਟ ਕਦੇ ਨਹੀਂ ਜੀ ਬੋਲੇ ਆ? ਬਿਲਕੁਲ, ਹਾਰਟ ਦਾ ਬਹਾਨਾ ਲਾ ਕੇ ਪੈ ਗਿਆ ਹੋਸਪਿਟਲ 'ਚ, ਮੈਂ ਤਾਂ ਆਪਣਾ ਹਾਰਟ ਅਟੈਕ ਆ ਗਿਆ। ਬਿਲਕੁਲ ਨਹੀਂ ਨਾ ਬੋਲੇ? ਨਹੀਂ ਬੋਲੇ। ਕਿਉਂ ਨਹੀਂ ਬੋਲੇ? ਕਿਉਂਕਿ ਉੱਥੇ ਬੀਬਾ ਜੀ ਖੜ੍ਹੇ ਸੀ, ਫੈਮਿਲੀ ਮੈਟਰ। ਇੱਥੇ ਅਸੀਂ ਖੜ੍ਹਦੇ ਹਾਂ ਫਿਰ ਮੈਂ ਖੜ੍ਹਾ ਹੂੰਗਾ, ਜੇ ਸੁਖਬੀਰ ਜੀ ਖੜ੍ਹਦੇ ਆ ਫਿਰ ਮੈਂ ਖੜ੍ਹਾ ਨਹੀਂ ਹੁੰਦਾ। ਗੱਲ ਨੂੰ ਤੁਸੀਂ ਕੀ ਲਾਉਂਗੇ? ਇਹ ਤਾਂ ਫਿਰ ਮਾਰਨ 'ਤੇ ਆਏ ਹੋਏ ਆ ਨਾ ਅਕਾਲੀ ਦਲ, ਉਹ ਮੈਂ ਭਰਾ। ਢਿੱਲੋਂ ਸਾਹਿਬ, ਚਰਚਾਵਾਂ ਤਾਂ ਲੰਬੇ ਸਮੇਂ ਤੋਂ ਹਾਲਾਂਕਿ ਛਿੜ ਰਹੀਆਂ ਸੀ ਕਿ ਢਿੱਲੋਂ ਪਰਿਵਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ। ਤੁਸੀਂ ਕਹਿੰਦੇ ਹੋ ਕਿ ਪਿਛਲੇ ਸ਼ਾਇਦ ਮੰਗਲਵਾਰ ਦੀ ਗੱਲ ਆ ਜਦੋਂ ਮੈਂ ਆਖਰੀ ਵਾਰੀ ਜਿਹੜੀ ਦੁਆ ਸਲਾਮ ਜਿਹੜੀ ਸਾਡੀ ਉਹ ਹੋਈ ਆ, ਇਸ ਚੀਜ਼ 'ਚ ਕਿੰਨੀ ਕੁ ਸੱਚਾਈ ਆ? ਕਹਿੰਦੇ ਨੇ ਕਿ ਜਦੋਂ MP ਦੀਆਂ ਚੋਣਾਂ ਸੀ ਗੱਲਾਂ, ਉਦੋਂ ਤੋਂ ਹੀ ਚਰਚਾਵਾਂ ਛਿੜਨ ਲੱਗ ਗਈਆਂ ਸੀ ਕਿ ਆਮ ਆਦਮੀ ਪਾਰਟੀ ਦੇ ਟੱਚ ਦੇ ਵਿੱਚ ਡਿੰਪੀ ਢਿੱਲੋਂ ਨੇ ਕਦੋਂ ਵੀ ਜਾ ਸਕਦੇ? ਸਾਬਤ ਕਰੋ। ਮੈਨੂੰ ਇੱਕ ਗੱਲ ਦੱਸੋ ਭਾਈ ਸਾਹਿਬ, ਜੇ ਮੈਂ ਜਾਣਾ ਹੁੰਦਾ ਜੀ ਸੁਖਬੀਰ ਜੀ ਦਾ OSD ਸਰਦਾਰ ਗੁਰਿੰਦਰ ਸਿੰਘ ਵਾਨਾਲਾ ਸਾਹਿਬ ਜੀ, ਇਹ ਮੇਰੇ ਆਫਿਸ ਦੇ ਇੰਚਾਰਜ ਆ ਜੀ, ਇੱਥੇ ਮੈਂ ਭਾਈ ਸੀ ਜੀ, ਠੀਕ ਆ ਜੀ, ਘੱਟੋ ਘੱਟ 10 ਪਿੰਡ ਮੈਂ ਆਪਦੇ ਹਲਕੇ ਦੇ ਲੰਬੀ ਹਲਕੇ ਦੇ ਬੰਦਿਆਂ ਨੂੰ ਦਿੱਤੇ ਸੀ, ਜਿਹੜੇ ਜਿਹੜਿਆਂ ਦੀ ਪ੍ਰਧਾਨ ਸਾਹਿਬ ਨੇ ਮੈਨੂੰ ਲਿਸਟ ਦਿੱਤੀ ਸੀ ਵੀ ਇਹਨਾਂ ਬੰਦਿਆਂ ਦੀ ਫਲਾਣੇ ਫਲਾਣੇ ਪਿੰਡ 'ਚ, ਮਤਲਬ ਕਿ ਜਿਹੜੇ ਵੀ ਪਿੰਡ ਤੈਨੂੰ ਫਿੱਟ ਲੱਗਦੇ ਉੱਥੇ ਡਿਊਟੀ ਲਾ ਦੇ ਜੀ। ਮਲੋਟ, ਮੁਕਤਸਰ, ਫਰੀਦਕੋਟ, ਜੈਤੋ, ਬਠਿੰਡਾ, ਦਿਹਾਤੀ, ਮਾਨਸਾ, ਕੋਟਕਪੂਰਾ, ਆਪਣਾ ਬਾਘਾ ਪੁਰਾਣਾ ਜੀ, ਮੋਗਾ ਜੀ, ਉੱਥੋਂ ਦੀਆਂ ਟੀਮਾਂ ਤਾਂ ਲੈ ਕੇ ਮੈਂ ਆਪਦੇ ਹਲਕੇ 'ਚ ਲਾਤੀਆਂ ਸੀ। ਪ੍ਰਧਾਨ ਸਾਹਿਬ ਨੇ ਮੇਰੀ ਮੀਟਿੰਗ ਕਰਾਈ ਵੀ ਇਹਨਾਂ ਦੀ ਡਿਊਟੀਆਂ ਲਾ, ਸਾਰੀ ਉਹਨਾਂ ਨੂੰ ਵੋਟਰ ਲਿਸਟਾਂ, ਸਾਰੇ ਆਪਦੇ ਬੰਦਿਆਂ ਦੇ ਟੈਲੀਫੋਨ ਨੰਬਰ, ਸਾਰੀ ਕਮਾਂਡ ਇਹਨਾਂ ਦੇ ਥੱਲੇ ਹੋ ਕੇ ਮੈਂ ਵੀ ਇਹਨਾਂ ਤੋਂ ਆਰਡਰ ਲੈਂਦਾ ਸੀ ਰੋਜ਼। ਅਤੇ ਜੇ ਮੇਰੇ ਮਨ 'ਚ ਕੋਈ ਇਹੋ ਜਿਹੀ ਗੱਲਬਾਤ ਤੁਸੀਂ ਬਾਈ ਜੀ ਮੈਂ ਕਿਉਂ ਦਿੰਦਾ? ਇਹਨਾਂ ਨੂੰ ਤਾਂ ਪਤਾ ਹੀ, ABC ਵੀ ਨਹੀਂ ਪਤਾ ਸੀ ਮੇਰੇ ਹੱਥ ਦੀ, ਇਹਨਾਂ ਨੂੰ ਤਾਂ ਐਂ ਨਹੀਂ ਪਤਾ ਵੀ ਪਿੰਡ ਕਿੰਨੇ ਆ, ਦੱਸ ਦੇਣ, ਇਹ ਸਾਰਾ ਕੁਝ ਮੈਂ ਹੀ ਹੈਂਡ ਓਵਰ ਕੀਤਾ ਇਹਨਾਂ ਨੂੰ। ਫਿਰ ਮੇਰੇ ਜਿਹੜੇ ਆਪਣੇ ਅਕਾਲੀ ਦਲ ਦੇ ਖਾਸ ਬੰਦੇ ਆ, 10-10, 15-15 ਬੰਦੇ ਹਰ ਪਿੰਡ 'ਚ ਬੈਠੇ ਆ, ਉਹਨਾਂ ਦੀਆਂ ਲਿਸਟਾਂ ਦਿੱਤੀਆਂ ਇਹਨਾਂ ਨੂੰ ਵੀ ਆਹ ਬੰਦੇ, ਇਹਨਾਂ ਨੂੰ ਫੋਨ ਕਰੋ, ਇਹਨਾਂ ਨੂੰ ਜਾ ਕੇ ਇਨ ਟੱਚ ਹੋ, ਫਿਰ ਤੁਹਾਨੂੰ ਗਾਹ ਪਿੰਡਾਂ 'ਚ ਲੈ ਕੇ ਜਾਣਗੇ। ਇਹ ਮੇਰੇ ਮਨ 'ਚ ਕੋਈ ਉਨੀ ਕੀ ਹੁੰਦੀ, ਮੈਂ ਕਿਉਂ ਦਿੰਦਾ ਇਹਨਾਂ ਨੂੰ? ਹੁਣ ਜਿਹੜੇ ਅੱਜ ਤੁਹਾਡੇ ਹੱਕ ਦੇ ਵਿੱਚ ਆਏ, ਤੁਸੀਂ ਕੀ ਮੰਨਦੇ ਹੋ ਉਹ ਡਿੰਪੀ ਢਿੱਲੋਂ ਨੂੰ ਪਿਆਰ ਕਰਦੇ ਨੇ ਉਹ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੁਛ ਵਰਕਰ, ਉਹ ਵੀ ਅੱਜ ਪਹੁੰਚੇ ਸੀ ਕਿ ਦੇਖ ਕੇ ਤਾਂ ਆਈਏ ਬਣਦਾ ਕੀ ਹੈ? ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜੇ ਸੀਗੇ ਨਾ ਜੀ, ਉਹ ਗਏ ਸੀ ਬਾਦਲ, 11 ਵਜੇ ਉਹਨਾਂ ਨੇ ਵੀ ਮੀਟਿੰਗ ਰੱਖੀ ਸੀ। ਠੀਕ ਹੈ, ਜਿਹੜੇ ਮੈਨੂੰ ਪਿਆਰ ਕਰਦੇ ਸੀ ਉਹ ਇੱਥੇ ਆਏ ਸੀ, ਜਿਹਨਾਂ ਨੂੰ ਇਹ ਫੀਲ ਹੋਇਆ ਵੀ ਯਾਰ ਇਹਦੇ ਨਾਲ ਧੱਕਾ ਹੋਇਆ, ਉਹ ਇੱਥੇ ਆਏ। ਉਹ ਤੁਸੀਂ ਮੰਨਦੇ ਵੀ ਤੁਹਾਨੂੰ ਪਿਆਰ ਕਰਨ ਵਾਲੇ ਇੱਥੇ ਆਏ ਸੀ? ਜਿਹੜਾ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਮੈਨੂੰ ਪਿਆਰ ਕਰਨ ਵਾਲੇ ਇੱਥੇ ਆਏ ਸੀ, ਪਰ ਦਲਜੀਤ ਚੀਮਾ ਹੋਰਾਂ ਦੇ ਵੱਲੋਂ ਵੀ ਇੱਕ ਪੋਸਟ ਸਪਸ਼ਟ ਤੌਰ 'ਤੇ ਪਾਈ ਜਾਂਦੀ ਹੈ, ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਉਹਨਾਂ ਤੋਂ ਬਿਨਾਂ ਗਿੱਦੜਬਾ ਹਲਕਾ ਸਾਡਾ ਜਿਹੜਾ ਹੈ ਸੁੰਨਾ, ਗਿੱਦੜਬਾ ਹਲਕਾ ਉਹਨਾਂ ਦੇ ਨਾਲ ਹੀ ਸਾਡਾ ਆ, ਤਾਂ ਉਹ ਕਿਸੇ ਲਾਲਚ ਦੇ ਵਿੱਚ ਆ ਕੇ ਕਿਸੇ ਪਾਸੇ ਨਾ ਚਲੇ ਜਾਣ। ਤੁਸੀਂ ਕਹਿੰਦੇ ਕਿ ਹੱਥ ਪੱਲਾ ਨਹੀਂ ਫੜਾ ਰਹੇ ਸੀ, ਪਰ ਦਲਜੀਤ ਚੀਮਾ ਤਾਂ ਸਾਫ਼ ਅਤੇ ਸਪਸ਼ਟ ਤੌਰ 'ਤੇ ਕਹਿ ਰਿਹਾ ਕਿ ਡਿੰਪੀ ਢਿੱਲੋਂਹਰਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਗਿੱਦੜਬਾ ਹਲਕਾ। ਹੁਣ ਵੇਖਦਾ ਨਾ ਜਦੋਂ ਮੈਂ ਪਾਸੇ ਹੋ ਗਿਆ, ਪਹਿਲਾਂ ਨਹੀਂ ਵੇਖਦਾ ਸੀ ਇਹਨਾਂ ਨੂੰ। ਹਰ ਗੱਲ ਨੂੰ ਪ੍ਰਧਾਨ ਜੀ ਮਜ਼ਾਕ 'ਚ ਲੈਂਦੇ ਆ ਜੀ, ਥੋੜ੍ਹੀ ਗੱਲ ਚੱਲਦੀ ਹੁੰਦੀ ਹੈ ਪਾਸਾ। ਅੱਜ ਜੋ ਸਭ ਕੁਝ ਵੇਖ ਰਿਹਾ, ਜੇ ਇਹਨਾਂ ਨੂੰ ਅੱਜ ਕਹਿ ਰਿਹਾ ਮੈਂ ਟਿਕਟ ਨਾਲ ਸੋਹਣੇ ਕਰ ਦੇਣਾ, ਘੰਟੇ 'ਚ ਕਰ ਦੇਣਾ, ਅੱਜ ਫਿਰ ਪਲੈਨਿੰਗਾਂ ਕਿੱਥੇ ਗਈਆਂ ਇਹਨਾਂ ਦੀਆਂ, ਅੱਜ ਜਿਹੜਾ ਪਲੈਨਿੰਗ ਬੋਰਡ ਬਣਾਇਆ ਸੀ ਉਹ ਕਿੱਥੇ ਗਿਆ, ਅੱਜ ਕਿਉਂ ਕਰਦੇ ਅਨਾਊਂਸ? ਹੁਣ ਆਪਦੇ ਪਲੈਨਿੰਗ ਬੋਰਡ ਤੋਂ ਜਿਹੜਾ ਇਹਨਾਂ ਨੇ ਬਣਾਇਆ ਆਪਦਾ ਵੀ ਅਸੀਂ ਸਾਰੀ ਪਲੈਨਿੰਗ ਕਰਕੇ ਫਿਰ ਹੁਣ ਲੈਣ ਉਹ ਤੋਂ ਰਹਿ। ਜਿਵੇਂ ਹੁਣ ਕਹਿ ਰਹੇ ਆ ਕਿ ਟਿਕਟ ਅਨਾਊਂਸ ਕਰਦੇ, ਵਾਪਸੀ ਦਾ ਕੋਈ ਰਾਹ ਹੈ? ਇੱਥੇ ਨਹੀਂ ਜਾਣਾ ਜੀ, ਗੱਲ ਮੁੱਕਦੀ ਆ ਬਸ। ਇੱਕ ਚੀਜ਼ ਹੋਰ, ਤੁਸੀਂ ਕੱਲ੍ਹ ਭਾਵੁਕ ਵੀ ਸੀ, ਸੱਚੋ ਸੱਚ ਦੱਸਿਓ ਕਿ ਉਹ ਇੰਨੇ ਲੰਬੇ ਸਮੇਂ ਦਾ ਰਿਸ਼ਤਾ ਦਿਲ 'ਤੇ ਕਿੱਡਾ ਕੁ ਪੱਥਰ ਧਰ ਕੇ ਤੋੜਿਆ ਸੀ? ਬਹੁਤ ਔਖਾ, ਮਨਪ੍ਰੀਤ ਕਰਕੇ ਟੁੱਟਿਆ ਜੀ, ਮੈਂ ਤੁਹਾਨੂੰ ਮਤਲਬ ਕਿ ਸਪਸ਼ਟ ਤੌਰ 'ਤੇ ਕਹਿ ਦਿੰਦਾ, ਇਹਨੇ ਕਨਫਿਊਜ਼ਨ ਕ੍ਰੀਏਟ ਕੀਤੀ ਅਤੇ ਪ੍ਰਧਾਨ ਸਾਹਿਬ ਨੇ ਕਲੀਅਰ ਨਹੀਂ ਕੀਤੀ।
ਉਹ ਸਾਡਾ ਕੋਈ ਰੌਲਾ ਨਹੀਂ ਸੀ ਕਿਸ ਕਿਸਮ ਦਾ। ਮੈਂ ਵਾਰ ਵਾਰ ਇਹਨਾਂ ਨੂੰ ਕਹਿੰਦਾ ਰਿਹਾ ਵੀ ਆਪਾਂ ਨੂੰ ਡਿਸਟਰਬ ਕਰ ਰਿਹਾ ਜੀ ਇਹ, ਜਨਵਰੀ ਤਾਂ ਲੱਗਿਆ ਹੋਇਆ ਕਰਨ ਵਿੱਚ, ਉਦੋਂ ਕਿਉਂ ਨਹੀਂ ਕਿਹਾ ਇਹਨਾਂ ਨੂੰ ਪ੍ਰਧਾਨ ਸਾਹਿਬ ਨੂੰ, ਆਪਣਾ ਪ੍ਰਧਾਨ ਸਾਹਿਬ ਨੇ ਇਹਨੂੰ ਵੀ ਤੂੰ ਪਹਿਲਾਂ ਵੀ ਮੇਰੀ ਪਾਰਟੀ ਦਾ ਤੂੰ ਆਪਣਾ ਬੇੜਾ ਗਰਕ ਕੀਤਾ, ਹੁਣ ਵੀ ਤੂੰ ਕਰਨ ਲੱਗਿਆ ਫਿਰ ਪੁੱਤੋ? ਬਾਅਦ ਦੇ ਵਿੱਚ ਕਾਲਜ ਵਗੈਰਾ ਆਈਆਂ? ਹਾਂਜੀ ਆ ਰਹੀਆਂ। ਗੱਲਬਾਤ ਹੋਈ ਸੁਖਬੀਰ ਸਿੰਘ ਬਾਦਲ? ਮੈਂ ਨਹੀਂ ਚੱਕੀ ਜੀ, ਫਿਰ ਜੀ ਨਹੀਂ ਕੀਤਾ ਜੀ। ਜਿਵੇਂ ਤੁਸੀਂ ਸਪੀਚ ਦੇ ਵਿੱਚ ਵੀ ਕਿਹਾ ਸੀ ਕਿ ਬੰਦੇ ਵੀ ਭੇਜੇ, ਇਹੀ ਸੀਗਾ ਕਿ ਵਾਪਸ ਆਓ? ਵਾਪਸ ਆਓ, ਬਹੁਤ ਜ਼ੋਰ ਲਾਇਆ ਜੀ ਵਾਪਸ ਆ ਜਾਓ। ਮੈਂ ਕਹਿੰਦਾ ਮੈਂ ਨਹੀਂ, ਅਗਰ ਤੁਹਾਨੂੰ ਤੁਹਾਡਾ ਭਰਾ ਮੁਬਾਰਕ, ਮੈਨੂੰ ਮੇਰੇ ਹਾਲ 'ਤੇ ਛੱਡੋ। ਔਰ ਮੈਂ ਗਿਆ ਵੀ ਇਹੀ ਸੀ ਵੀ ਮੈਂ ਸਿਆਸਤ ਛੱਡਣ ਨਹੀਂ ਗਿਆ ਸੀ, ਐਕਚੁਅਲ ਦੇ ਵਿੱਚ ਮੈਂ ਸਿਆਸਤ ਛੱਡਣ ਗਿਆ ਸੀ। ਮੇਰਾ ਕੋਈ ਆਮ ਪਾਰਟੀ 'ਚ ਜਾਣ ਜੂਣ ਦਾ ਕੋਈ ਮਨ ਨਹੀਂ ਸੀ, ਮੇਰਾ ਮਨ ਸੀ ਮੈਂ ਘਰ ਬੈਠੂੰ ਆਰਾਮ, ਬਹੁਤ ਹੋ ਗਿਆ। ਤਾਂ ਫਿਰ ਕਿੰਨਾ ਨੇ ਕਿੰਨਾ ਵੱਲੋਂ ਕਿਹਾ ਕਿ ਸਰਕਾਰ? ਲੋਕ ਹੀ ਇੰਨੇ ਇਕੱਠੇ ਹੋ ਗਏ ਜੀ, ਪਤਾ ਨਹੀਂ ਆਪ ਹੀ ਆ ਗਏ, ਉਹ ਉਹਨਾਂ ਨੇ ਮਜਬੂਰ ਕਰ ਲਿਆ, ਕਹਿੰਦੇ ਆਮ ਆਦਮੀ ਚੱਲੋ ਜੀ ਬਸ ਸਰਕਾਰ 'ਚ ਚੱਲੋ ਕੰਮ ਲਵਾਂਗੇ। ਇਸ ਚੀਜ਼ ਦੀ ਫਿਰ ਸਹਿਮਤੀ ਦੇ ਨਾਲ ਜਾ ਰਹੇ ਹੋ ਕਿ ਟਿਕਟ ਡਿੰਪੀ ਢਿੱਲੋਂ? ਪਤਾ ਨਹੀਂ ਜੀ ਹਜੇ ਦੇਣਗੇ ਕਿ ਨਾ ਦੇਣਗੇ, ਮੇਰੀ ਕੋਈ ਗੱਲ ਹੀ ਨਹੀਂ ਹੋਈ ਭਾਈ ਸਾਹਿਬ ਕਿਸੇ ਨਾਲ। ਤੁਹਾਡੀ ਹਾਲੇ ਤਾਂ ਗੱਲ ਨਹੀਂ ਹੋਈ? ਹੁਣ ਤਾਂ ਹੋਊਗੀ ਗੱਲ, ਆ ਹੁਣੇ ਤੁਹਾਡੇ ਖੜਿਆਂ ਤੋਂ ਹੋਈ ਹੈ ਇੱਥੇ ਜੀ, ਹੁਣੇ ਪਹਿਲੀ ਵਾਰੀ ਮੇਰੀ ਅੱਜ CM ਸਾਹਿਬ ਨਾਲ ਗੱਲ ਹੋਈ ਹੈ। ਪਰਸੋਂ ਆ ਰਹੇ ਆ ਉਹ ਮੇਰੇ ਹਲਕੇ ਦੇ ਵਿੱਚ, 2 ਵਜੇ ਉਹਨਾਂ ਨੇ ਟਾਈਮ ਦਿੱਤਾ, ਕਹਿੰਦੇ ਮੈਂ ਆ ਰਿਹਾ ਤੈਨੂੰ ਜੁਆਇਨ ਕਰਾਉਣ ਵਾਸਤੇ। ਮੇਰੀ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡਾ ਇੱਥੋਂ ਦਾ ਕੈਂਡੀਡੇਟ ਬਣ ਸਕਾਂ, ਕਹਿੰਦੇ ਮੈਂ ਆਊਂਗਾ, ਮੈਂ ਆਪ ਆਊਂ। ਕਹਿੰਦੇ ਮਤਲਬ ਉਹਨਾਂ ਨੇ ਤੁਹਾਨੂੰ ਕਹਿ ਤਾ ਕਿ ਤੁਹਾਨੂੰ ਇੱਥੋਂ ਟਿਕਟ ਮਿਲੂ, ਤੁਸੀਂ ਜਿਵੇਂ ਕਹਿ ਰਹੇ ਹੋ ਕੈਂਡੀਡੇਟ? ਬਾਈ ਜੀ ਟਿਕਟ ਦੀ ਕੋਈ ਗੱਲ ਨਹੀਂ ਹੋਈ, ਮੈਂ ਤੁਹਾਨੂੰ ਫਿਰ ਦੁਬਾਰਾ ਜੀ ਆਪਣਾ ਰਿਪੀਟ ਕਰ ਰਿਹਾ ਜੀ, ਨਾ ਹੀ ਮੇਰੀ ਕੋਈ ਇਹੋ ਜਿਹੀ ਕੰਡੀਸ਼ਨ ਆ ਟਿਕਟ ਦੀ, ਨਾ ਹੀ ਇਹਨਾਂ ਕੋਲ ਕੰਡੀਸ਼ਨ ਸੀ ਟਿਕਟ ਦੀ, ਮੈਂ ਟਿਕਟ ਪਿੱਛੇ ਨਹੀਂ ਅਕਾਲੀ ਦਲ ਛੱਡਿਆ। ਇਸ ਗੱਲ ਨੂੰ ਇਹ ਗਲਤ ਇੰਪਲੀਮੈਂਟ ਕਰ ਰਹੇ ਆ, ਮਤਲਬ ਗਲਤ ਕਹਿ ਰਹੇ ਆ ਜੀ, ਮੈਂ ਟਿਕਟ ਪਿੱਛੇ ਅਕਾਲੀ ਦਲ ਨਾ ਅੱਜ ਛੱਡਿਆ, ਨਾ ਮੇਰੀ ਕੋਈ ਗੱਲ ਸੀ, ਮੈਂ ਸਿਰਫ ਇਸ ਗੱਲ ਕਰਕੇ ਅਕਾਲੀ ਦਲ ਛੱਡਿਆ ਵੀ ਇਹ ਗੱਲ ਕਲੀਅਰ ਨਹੀਂ ਕਰ ਰਹੇ ਸੀ। ਕਿਹੜੇ ਕਿਹੜੇ ਹੁਣ ਮੁੱਦੇ ਨੇ ਜਿਹੜੇ ਲੈ ਕੇ ਜਾਓਗੇ, ਜਿਵੇਂ ਤੁਸੀਂ ਕਿਹਾ ਕਿ ਹਾਲਾਂਕਿ ਉੱਥੇ ਵੀ ਤੁਸੀਂ ਗਿਣਵਾਏ ਨੇ ਕਿ ਮੈਂ ਮੇਰੀ ਆਪਣੀ ਕੋਈ ਮੰਗਣੀ ਹੋਊਗੀ, ਮੇਰੇ ਲੋਕਾਂ ਦੇ ਮਸਲੇ ਨੇ, ਮੈਂ ਉਹ ਲੈ ਕੇ ਉਸ ਤੋਂ ਬਾਅਦ ਹੀ ਸ਼ਾਮਿਲ ਹੂੰ, ਜੇ ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਹੱਲ ਕਰਾਂਗੇ ਉਸ ਤੋਂ ਬਾਅਦ ਸ਼ਾਮਿਲ ਹੂੰ? ਯੈਸ ਬਿਲਕੁਲ। ਲੱਗਦਾ ਬਿਨਾਂ MLA ਬਣੇ ਉਹ ਮਸਲੇ ਹੱਲ ਹੋ ਸਕਦੇ ਆ? ਬਿਲਕੁਲ ਹੋ ਸਕਦੇ ਜੀ, ਕੋਈ ਦਿੱਕਤ ਨਹੀਂ। CM ਸਾਹਿਬ ਵਾਸਤੇ ਕੀ ਕੀ ਖਾਸ ਗੱਲ ਆ ਜੀ, ਸਟੇਟ ਤਾਂ CM ਆ ਬਾਈ ਜੀ, ਬੜੀ ਘੁੱਗੀ ਮਾਰਨੀ ਮਸਲੇ ਹੱਲ। ਪਰ ਉਹਨਾਂ ਨੂੰ ਢਿੱਲੋਂ ਸਾਹਿਬ ਕਿਵੇਂ ਸੰਭਾਲੋਗੇ ਜਿਹੜੇ ਹੁਣ ਤੱਕ ਉਮੀਦਾਂ ਲਾਈ ਬੈਠੇ ਸੀ? ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਬੜੇ ਉਮੀਦਵਾਰ ਨੇ ਕਿ ਸਾਨੂੰ ਟਿਕਟ, ਸਾਨੂੰ ਟਿਕਟ, ਸਾਨੂੰ ਟਿਕਟ, ਹਾਲਾਂਕਿ ਤੁਸੀਂ ਕਹਿਣ ਕਿ ਮੇਰੀ ਕੋਈ ਮੰਗ ਨਹੀਂ, ਪਰ ਉਹਨਾਂ ਦੀ ਜ਼ਰੂਰ ਇੱਕ ਮਨ ਦੇ ਵਿੱਚ ਸਵਾਲੀਆ ਚਿੰਨ੍ਹ ਖੜਾ ਕਰਤਾ ਹੋਣਾ ਕਿ ਜਿਹਦੇ ਵਿਰੁੱਧ ਕਦੇ ਕਿਸੇ ਵੇਲੇ ਲੜਦੇ ਰਹੇ ਹਾਂ ਉਹ ਹੁਣ ਆ ਕੇ ਸਾਡੇ 'ਚ ਆ ਗਏ ਅਤੇ ਟਿਕਟ ਉਹਨਾਂ ਨੂੰ ਮਿਲੂਗੀ, ਉਹਨਾਂ ਨਾਲ ਕਿਵੇਂ ਪੈਚਅਪ ਕਰੋਗੇ? ਐਕਚੁਅਲੀ ਨਾ ਜੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਬਰੀਫ ਕਰਦਾ ਵੀ ਮੇਰਾ ਕਿਸੇ ਨਾਲ ਵੀ ਕਦੇ ਕੋਈ ਵਿਗਾੜ ਨਹੀਂ ਹੋਇਆ, ਮੇਰੀ ਕਿਸੇ ਨਾਲ ਅਣਬਣ ਨਹੀਂ ਹੋਈ। ਜਿਹੜੇ ਆਮ ਆਦਮੀ 'ਚ ਗਏ ਉਹ ਵੀ ਸਾਡੇ ਹੀ ਭਰਾ, ਅੱਧੇ ਤਾਂ ਆ ਹੀ ਗਏ ਸੀ ਅੱਜ ਵਿੱਚ ਆਮ ਆਦਮੀ ਵਾਲੇ, ਹਾਂ ਅੱਧੇ ਤਾਂ ਵਿੱਚ ਹੀ ਫਿਰਦੇ ਸੀ, ਅੱਜ ਆਏ ਸੀ ਨਾਲ, ਮੈਨੂੰ ਵਧਾਈ ਦੇਣੀ ਆਏ ਸੀ ਬਾਈ ਚੰਗਾ ਹੋ ਗਿਆ ਤੂੰ ਰੋਜ਼ ਸਾਨੂੰ ਸੱਦਦਾ ਸੀ ਹੁਣ ਤੂੰ ਵੀ ਵਾਪਸ ਆ ਗਿਆ, ਤੂੰ ਸਾਡੇ 'ਚ ਆ ਗਿਆ, ਬੜਾ ਵਧੀਆ ਹੋ ਗਿਆ, ਚੱਲ ਅੱਗੇ ਲੱਗ। ਕਿਉਂਕਿ ਮੇਰਾ ਕਿਸੇ ਨਾਲ ਕੋਈ ਵਿਗਾੜ ਨਹੀਂ, ਮੇਨ ਜਿਹੜੇ ਟਿਕਟ ਵਾਲੇ ਹੁੰਦੇ ਆ ਜੀ ਉਹ ਤਾਂ 2-3 ਕੀ ਹੁੰਦੇ ਆ, ਉਹਨਾਂ ਦੀ ਵੀ ਘਰੇ ਜਾਊਂਗਾ ਜੀ, ਮੈਂ ਘਰੇ ਜਾ ਕੇ ਉਹਨਾਂ ਨੂੰ ਮਨਾਵਾਂਗੇ ਕਿ ਬਾਈ ਜੀ ਹੁਣ ਪਾਰਟੀ ਦਾ ਫੈਸਲਾ ਤੁਸੀਂ ਵੀ ਮੰਨੋ। ਜਿਵੇਂ ਤੁਸੀਂ ਕਿਹਾ ਵੀ ਮਨਪ੍ਰੀਤ ਸਿੰਘ ਬਾਦਲ ਦੀਆਂ ਸਰਗਰਮੀਆਂ ਤੇਜ਼ ਨੇ, ਇੱਕ ਪਾਸੇ ਡਿੰਪੀ ਢਿੱਲੋਂ ਫਿਰ ਸਾਹਮਣੇ ਮਨਪ੍ਰੀਤ ਸਿੰਘ ਬਾਦਲ ਹੋਣਗੇ, ਆ ਜਾ ਤਿਆਰ ਹੋ? 100% ਤਿਆਰੀ ਕਰਕੇ ਜਾਵਾਂਗੇ ਜੀ, ਫਿਰ ਹੁਣ ਐਂ ਥੋੜ੍ਹੀ ਜਾਵਾਂਗੇ, ਤਿਆਰੀ ਕਰਕੇ ਜਾਵਾਂਗੇ। ਢਿੱਲੋਂ ਸਾਹਿਬ ਇੱਕ ਚੀਜ਼ ਜ਼ਰੂਰ ਦੱਸ ਦਿਓ ਕਿ ਜਦੋਂ
ਕਿਸੇ ਵੀ ਪਾਰਟੀ ਦੇ ਵਿੱਚੋਂ ਕੋਈ ਸੱਤਾਧਾਰੀ ਪਾਰਟੀ ਦੇ ਵਿੱਚ ਜਾਂਦਾ ਤਾਂ ਇੱਕ ਚਰਚਾ ਸਿੱਟ ਜਾਂਦੀ ਹੈ, ਚਾਹੇ ਗੋਲਡ ਹੀ ਗਏ ਚਾਹੇ ਤੁਸੀਂ ਗਏ ਹੋ। ਕਹਿੰਦੇ ਨੇ ਕਿ ਸਰਕਾਰ ਜਿਹੜੀ ਉਹ ਵਿਜੀਲੈਂਸ ਦਾ ਡਰ ਇੱਦਾਂ ਦੇ ਡਰ ਲਿਜਾ ਕੇ ਵੀ ਖਿੱਚ ਖਿੱਚ ਕੇ ਆਪਦੇ ਵੱਲੇ ਲਿਜਾ ਰਹੀ ਹੈ। ਗਿੱਦੜਵਾਹ ਅਤੇ ਮੇਨ ਤਾਂ ਸੀ, ਕਹਿੰਦੇ ਐਡਾ ਵੱਡਾ ਚਿਹਰਾ ਆਮ ਆਦਮੀ ਪਾਰਟੀ ਕੋਲ ਨਹੀਂ ਸੀ ਡਿੰਪੀ ਢਿੱਲੋਂ ਦੇ ਵੱਲੋਂ, ਐਸਾ ਕੁਛ ਕੋਈ ਰੱਬ ਮੂਹਰੇ ਜਾਣਦੇ ਨਹੀਂ ਹੈ। ਮੇਰੇ ਕੋਲ ਮੇਰੇ 'ਤੇ ਕੋਈ ਪ੍ਰੈਸ਼ਰ ਨਹੀਂ ਸੀ ਬਾਈ ਜੀ, ਕਿ ਮੇਰੇ 'ਤੇ ਪ੍ਰੈਸ਼ਰ ਹੁੰਦਾ ਮੈਂ ਕੰਮ ਕਿਉਂ ਸਟਾਰਟ ਕਰਦਾ, ਇਹ ਤਾਂ ਦੱਸੋ ਨਾ ਮੈਨੂੰ। ਮੈਨੂੰ ਕਿਹੜਾ ਡਰ ਸੀ ਕਿਸੇ ਦਾ, ਨਾਲੇ 3 ਸਾਲ ਦੀ ਵਿਜੀਲੈਂਸ ਕਿੱਥੇ ਗਈ ਸੀ? ਅਤੇ ਮੇਰੇ ਕੋਲ ਕਿਹੜਾ ਕੋਈ ਸਰਕਾਰੀ ਆਉਂਦਾ ਸੀ ਜਿਹੜਾ ਵਿਜੀਲੈਂਸ ਮੈਨੂੰ ਫੜ ਲਊ, ਮੇਰਾ ਵਿਜੀਲੈਂਸ ਕੀ ਵਿਗਾੜ ਲਊ? ਤੁਸੀਂ ਦੱਸੋ, ਮੈਂ ਜਦੋਂ ਕੋਈ ਮੇਰੇ ਕੋਲ ਕੋਈ ਅਹੁਦਾ ਹੀ ਨਹੀਂ ਸੀ ਸਰਕਾਰੀ। ਅਤੇ ਡਰ ਤਾਂ ਉਹਨੂੰ ਹੁੰਦਾ ਨਾ ਜੀ ਜਿਹਦੇ ਕੋਲ ਕੋਈ ਕੋਈ ਮਿਨਿਸਟਰ ਰਿਹਾ ਹੋਵੇ, ਕੋਈ ਹੋਰ ਰਿਹਾ ਹੋਵੇ, ਉਹਨੂੰ ਡਰ ਹੁੰਦਾ, ਮੈਨੂੰ ਕਹਿੰਦਾ ਡਰ ਆ ਜੀ। ਉਹਨਾਂ ਦੇ ਨਾਲ ਹੁਣ ਕਿਵੇਂ ਚੱਲੋਗੇ, ਜਿਵੇਂ ਕਿਉਂਕਿ ਸਵਾਲ ਵੀ ਬੜੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦੇ ਆ, ਇਸ ਸਰਕਾਰ ਦੇ ਵਿੱਚ ਤੁਸੀਂ ਆਪਣੀ ਕੰਪੇਨ ਦੇ ਵਿੱਚ ਸਵਾਲ ਵੀ ਬੜੇ ਖੜ੍ਹੇ ਕਰਦੇ ਰਹੋ ਇਸੇ ਸਰਕਾਰ ਦੇ ਉੱਪਰ। ਅਭੈ ਢਿੱਲੋਂ ਹੋਰਾਂ ਦੀ ਗੱਲ ਕਰੀਏ, ਉਹ ਵੀ ਸਵਾਲ ਬੜੇ ਖੜ੍ਹੇ ਕਰਦੇ ਰਹੇ ਆ, ਹੁਣ ਉਹਨਾਂ ਦੇ ਨਾਲ ਚੱਲਣਾ ਕਿੰਨਾ ਕੁ ਸੌਖਾ ਰਹੂਗਾ? ਸਾਰੇ ਹਾਂ ਕਰਾ ਕੇ ਫਿਰ ਚੱਲੂ ਵੀ ਆਹ ਕੰਮ, ਉਹ ਜਿਹੜੇ ਮੈਂ ਸਵਾਲ ਕਰਦਾ ਰਿਹਾ ਉਹੀ ਟਾਉਣੇ ਕੱਲ੍ਹ ਨੂੰ ਪਰਸੋਂ ਜਦੋਂ ਸੀ ਐਮ ਸਾਹਿਬ ਆਏ ਵੀ ਆਹ ਮੈਂ ਪ੍ਰੋਮਿਸ ਕਰੂੰਗਾ ਜੀ, ਹਾਂ ਕਰਦੇ ਹੋ ਤਾਂ ਮੈਂ ਰਲੂੰਗਾ, ਨਹੀਂ ਆਪਣੀ ਸਤਿ ਸ਼੍ਰੀ ਅਕਾਲ ਮੈਂ ਜਵਾਬ ਦੇ ਹਾਂ ਜੀ, ਮੈਂ ਝੂਠ ਮਾਰ ਕੇ ਸਿਆਸਤ ਨਹੀਂ ਕੀਤੀ ਕਦੇ, ਮੈਂ ਸੱਚ ਦਾ ਪਹਿਰੇਦਾਰ ਹਾਂ, ਤਾਂ ਹੀ ਲੋਕ ਮੈਨੂੰ ਪਿਆਰ ਕਰਦੇ, ਮੈਂ ਝੂਠ ਨਹੀਂ ਮਾਰਿਆ ਕਦੇ। ਲੱਗਦਾ ਕਿ ਸਿਮਤੀ ਵੋਟ ਵੀ ਡਿੰਪੀ ਢਿੱਲੋਂ ਹੋਰਾਂ ਦੇ ਨਾਲ ਜਾਊਗੀ? ਆਉਣੀ ਚਾਹੀਦੀ ਹੈ, ਉਮੀਦ ਤਾਂ ਬੜੀ ਵੱਡੀ ਆਉਣੀ ਚਾਹੀਦੀ। ਮਨਪ੍ਰੀਤ ਬਾਦਲ ਨੂੰ ਛੱਡ ਕੇ ਕਿਉਂ ਡਿੰਪੀ ਢਿੱਲੋਂ ਨੂੰ ਕਿਉਂ ਚੁਣਨਾ, ਐਸਾ ਕੀ ਐਸੀ ਖਾਸੀਅਤ ਕੀ ਹੈ ਡਿੰਪੀ ਢਿੱਲੋਂ ਦੀ, ਤੁਸੀਂ ਕੀ ਮੰਨਦੇ ਹੋ? ਇਹ ਤਾਂ ਪਬਲਿਕ ਤੋਂ ਪੁੱਛੋ ਜੀ, ਮੈਂ ਆਪਦੇ ਬਾਰੇ ਕੀ ਦੱਸ ਸਕਦਾ? ਤੁਸੀਂ ਕੀ ਮੰਨਦੇ ਹੋ? ਪਤਾ ਨਹੀਂ ਲੋਕ ਮੈਨੂੰ ਕਿਉਂ ਪਿਆਰ ਕਰਦੇ ਆ, ਹੁਣ ਲੋਕ ਹੀ ਦੱਸ ਸਕਦੇ ਨਾ। ਮੈਂ ਤੁਹਾਨੂੰ ਕੀ ਦੱਸ ਸਕਦਾ ਜੀ, ਆਪਦੇ ਬਾਰੇ ਮੈਂ ਕੀ ਦੱਸਾਂ ਅਤੇ ਮਨਪ੍ਰੀਤ ਬਾਰੇ ਮੈਂ ਕੀ ਦੱਸਾਂ? ਇਹ ਤਾਂ ਇਹ ਐਕਚੁਅਲੀ ਪਬਲਿਕ ਦਾ ਇਹ ਆਨਸਰ ਆ। ਤੁਸੀਂ ਹਾਲਾਂਕਿ ਉੱਥੇ ਵੀ ਕਹਿੰਦੇ ਹੋ, ਲੱਗਦਾ ਕਿ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਹੋ ਕੇ ਵੀ ਲੜ ਸਕਦੇ ਆ? ਲੜ ਸਕਦੇ, ਕੋਈ ਦਿੱਕਤ ਨਹੀਂ। ਇਸ ਚੀਜ਼ ਦਾ ਵੀ ਹੈ ਕਿ ਪਾਰਟੀ ਮਾੜੇ ਵੇਲੇ ਦੇ ਵਿੱਚ ਸੀ, ਮਾੜੇ ਵੇਲੇ ਦੇ ਵਿੱਚ ਹੱਥ ਛੱਡਤਾ, ਇਹ ਵੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਵੱਲ ਇਲਜ਼ਾਮ ਲਾਉਣਗੇ ਕਿ ਪਾਰਟੀ ਮਾੜੇ ਦੌਰ ਦੇ ਵਿੱਚੋਂ ਲੰਘ ਰਹੀ ਹੈ, ਮਾੜੇ ਦੌਰ ਵੇਲੇ ਸਾਡਾ ਹੱਥ ਛੱਡਤਾ। ਮਾੜਾ ਦੌਰ ਕਿਹੜਾ ਅੱਜ ਦਾ ਆਇਆ ਜੀ, 2017 ਤੋਂ ਮਾੜਾ ਹੀ ਚੱਲੀ ਜਾਂਦਾ, ਉਦੋਂ ਤਾਂ ਛੱਡਿਆ ਨਹੀਂ, ਇਹ ਕਿਹੜਾ ਹੁਣ ਆਇਆ ਵੀ ਅੱਜ ਮਾੜਾ ਦੌਰ ਆ ਗਿਆ? ਕਿੰਨੇ ਮਾੜੇ ਆਪਣਾ ਮਾੜੇ ਦੌਰਾਂ ਬੀਤੀ ਮੈਂ ਆਪਣਾ ਗੁਜ਼ਰਿਆ ਜੀ, 2002 ਤੋਂ ਲੈ ਕੇ 2007 ਤੱਕ ਮਾੜਾ ਦੌਰ ਸੀ, ਚੰਗਾ ਦੌਰ ਸੀ। ਅੱਧੀ ਰਾਤ ਨੂੰ ਆਪਣਾ ਭੱਜਣਾ ਪੈਂਦਾ ਸੀ ਘਰੋਂ ਜਦੋਂ ਰੇਡ ਪੈ ਜਾਂਦੀ ਸੀ ਵੀ ਚੱਕ ਲਓ ਇਹਨਾਂ ਨੂੰ, ਜਰਬਾਲ ਸਾਹਿਬ ਨੂੰ ਅੰਦਰ ਦਿੱਤਾ, ਸੁਖਬੀਰ ਜੀ ਨੂੰ ਅੰਦਰ ਦਿੱਤਾ, ਅੱਧੀ ਅੱਧੀ ਰਾਤ ਨੂੰ ਭੱਜਦੇ ਰਹੇ ਹਾਂ ਘਰੋਂ, ਇਹਨਾਂ ਦੇ ਨਾਲ ਖੜ੍ਹੇ ਰਹੇ ਹਾਂ ਪੂਰੇ 5 ਸਾਲ, ਹਿੱਲੇ ਨਹੀਂ ਜਾਵਾਂ। ਫਿਰ ਉਦੋਂ ਬਾਅਦ ਆਹ ਵੀ 5 ਸਾਲ ਟਪਾਏ ਆ ਜਦੋਂ ਕੈਪਟਨ ਦਾ ਫਿਰ ਰਾਜ ਆਇਆ, ਹਿੱਲੇ ਨਹੀਂ, ਸਾਰਾ ਕਾਰੋਬਾਰ ਵੀ ਬੰਦ ਕੀਤਾ, ਮੇਰਾ ਪੰਪ ਵੀ ਬੰਦ ਰੱਖਿਆ ਇਹਨਾਂ ਨੇ 8 ਮਹੀਨੇ, ਮੇਰੀਆਂ ਬੱਸਾਂ ਬੰਦ ਕੀਤੀਆਂ, ਨਹੀਂ ਹਿੱਲੇ। ਹੁਣ ਤਾਂ ਕੋਈ ਮਾੜਾ ਦੌਰ ਹੀ ਨਹੀਂ ਸੀ ਬਾਈ ਜੀ, ਇਹ ਤਾਂ ਬੜੀ ਸਮੂਥ ਜੀ ਗੌਰਮੈਂਟ ਹੈ, ਕੋਈ ਕਿਸੇ ਨੂੰ ਕੋਈ ਹੈ ਹੀ ਨਹੀਂ। ਤੁਸੀਂ ਮੰਨਦੇ ਹੋ ਕਿ ਗਵਾਇਆ ਵੀ ਬੜਾ ਕੁਛ ਇਹਨਾਂ ਦੇ ਸਾਥ ਕਰਕੇ, ਬੜਾ ਕੁਛ ਗਵਾ ਲਿਆ? ਗਵਾਇਆ ਬਹੁਤ ਗਵਾਇਆ ਜੀ, ਇੰਨਾ ਕਮਾਇਆ ਨਹੀਂ ਜਿੰਨਾ ਗਵਾਇਆ, ਗਵਾਇਆ ਜ਼ਿਆਦਾ ਆ, ਕਮਾਇਆ ਘੱਟ ਆ। ਵਫਾਦਾਰੀ ਦੀ ਸਜ਼ਾ ਮੰਨਦੇ ਹੋ ਜਾਂ ਕੀ ਮੰਨਦੇ ਹੋ? ਉਹਨਾਂ ਨੂੰ ਪੁੱਛੋ, ਤੁਸੀਂ ਕਹੋਗੇ ਮੁੱਲ ਸਹੀ ਪਿਆ ਵਫਾਦਾਰੀ ਦਾ ਜਿਹੜਾ ਪੈਣਾ ਚਾਹੀਦਾ ਸੀ? ਨਹੀਂ ਪਿਆ। ਇਹ ਨਿਰਾਸ਼ਾ ਸਾਰੀ ਉਮਰ ਰਹੂਗੀ ਦਿਲ 'ਤੇ? ਬਹੁਤ ਰਹੂ, ਬਹੁਤ ਜ਼ਿਆਦਾ ਪਿਆਰ ਸੀ ਜੀ, ਮੈਂ ਤਾਂ ਮਤਲਬ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਮੈਂ ਇੰਨਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪਿਆਰ ਕਰਦਾ ਸੀ, ਗੱਲ ਹੀ ਕੁਛ ਨਹੀਂ ਸੀ। ਮਰਨ ਨੂੰ ਕਹਿੰਦੇ ਉਹ ਵੀ ਤਿਆਰ ਸੀ, ਮਰਨ ਮਰਾਉਣ 'ਤੇ ਆ ਜਾਂਦੇ ਸੀ ਜੇ ਕੋਈ ਉਹਨਾਂ ਨੂੰ ਨੇਕੀ ਹੋ ਜਾਂਦੀ। ਮਾੜੇ 'ਚ ਥਾਲੇ ਵੀ ਉਨਾ ਹੀ ਆ ਮੇਰੇ ਮਨ 'ਚ ਤਾਂ ਹੈਗਾ ਜੀ, ਦਿਲੋਂ ਥੋੜ੍ਹਾ ਜਿਹਾ ਦਿਲ 'ਚ ਸੱਟ ਵੱਜੀ, ਥੋੜ੍ਹੀ ਸੱਟ। ਸੁਨੇਹਾ ਜ਼ਰੂਰ ਲੈਣਾ ਚਾਹੂੰਗਾ ਗਿੱਦੜਵੇ ਹਲਕੇ ਵਾਸੀਆਂ ਦੇ ਲਈ, ਸੁਨੇਹਾ ਕੀ ਕਹਿਣਾ ਚਾਹੁੰਦਾ? ਸੁਨੇਹਾ ਇਹੀ ਹੈ ਜੀ ਗਿੱਦੜਵਾ ਵਾਲ ਵਾਸੀਆਂ ਵਾਸਤੇ,
ਵੀ ਡਿੰਪੀ ਢਿੱਲੋਂ ਆਪਦੇ ਵਾਸਤੇ ਨਹੀਂ ਕੁਛ ਲੈਣ ਜਾਊਗਾ, ਜਿਹੜੀ ਵੀ ਪਾਰਟੀ ਜਾਊਗਾ ਹਲਕੇ ਵਾਸਤੇ ਲੈ ਕੇ ਆਊਗਾ, ਇਹ ਤੁਹਾਡਾ ਵਾਅਦਾ ਕਰਦਾ। ਤੁਸੀਂ ਸਮਾਂ ਦਿੱਤਾ ਢਿੱਲੋਂ ਸਾਹਿਬ, ਤੁਹਾਡੇ ਚੰਗੇ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ। ਸੋ ਮੇਰੇ ਨਾਲ ਡਿੰਪੀ ਢਿੱਲੋਂ ਹੋ ਰਹੀ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਕਿਸ ਤਰ੍ਹਾਂ ਦੀ ਸਿਆਸਤ ਹੁੰਦੀ ਆ, ਕੀ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪਤਾ ਲੱਗਾ। ਹਾਲਾਂਕਿ ਕਹਿੰਦੇ ਨੇ ਕਿ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਜਿਹੜੀ ਹੈਗੀ ਅੱਜ ਜ਼ਰੂਰ ਹੋਈ ਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੁਆਇਨਿੰਗ ਜਿਹੜੀ ਆ ਡਿੰਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਬਣ ਗਈ ਆ। ਤੁਸੀਂ ਜੁੜੇ ਰਹੋ ਆਰ ਐੱਮ ਬੀ ਟੈਲੀਵਿਜ਼ਨ ਦੇ ਨਾਲ, ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਏ। ਧੰਨਵਾਦ ਜੀ।